ਨਹੀਂ ਆ ਰਹੇ, ਆ ਗਿਆ ਜ਼ੋਨ ਉਹਦੇ ਭਾਵੇਂ ਨੇ ਤੇ ਬੜੇ ਜ਼ਿਆਦਾ ਸਿਗਨਲ ਆਉਂਦੇ। ਹਾਂਜੀ ਅਸਲਾਮ ਵਾਲੇਕਮ ਜੀ ਦੋਸਤੋ, ਕੀ ਹਾਲ ਚਾਲ ਨੇ ਤੁਹਾਡੇ? ਖੈਰ ਖਰੀਏ ਦੇ ਨਾਲ ਉਹ ਸਿਹਤਾਂ ਤਬੀਤਾਂ ਠੀਕ ਨੇ। ਅੱਜ ਐਤਵਾਰ ਦਾ ਦਿਨ ਹੈ ਔਰ ਤੁਹਾਨੂੰ ਪਤਾ ਕਿ ਕਬੂਤਰਬਾਜ਼ ਔਰ ਖਿਲਾੜੀ ਬੰਦੇ ਜਿਹੜੇ ਆ ਉਹ ਸ਼ੌਕ ਦੇ ਵਿੱਚ ਦਿਨ ਬ ਦਿਨ ਬਿਹਤਰ ਤੋਂ ਬਿਹਤਰ ਦੀ ਤਲਾਸ਼ 'ਚ ਰਹਿੰਦੇ ਆ। ਅਤੇ ਅੱਜ ਛੁੱਟੀ ਦਾ ਦਿਨ ਸੀ ਅਤੇ ਮੇਰੇ ਇੱਕ ਛੋਟੇ ਭਾਈ ਆ ਜ਼ੁਲਕਰਨੈਨ ਚੀਮਾ ਸਾਹਿਬ, ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਰਹਿਣ ਬਾਈ ਅੱਜ ਕੋਈ ਸਾਨੂੰ ਟਾਈਮ ਦਿਓ ਅਤੇ ਕੋਈ ਜੋੜੇ ਛੋੜੇ ਲਾਉਣੇ ਸੀ, ਕੋਈ ਤਰਤੀਬ ਸਿੱਧੀ ਕਰਨੀ ਸੀ, ਕੋਈ ਗੱਪਸ਼ਪ ਕਰਨੀ ਸੀ। ਕੁਝ ਕਬੂਤਰ ਉਹਨਾਂ ਕੋਲ ਬਰੀਡਰ ਕਬੂਤਰ ਸੀ, ਬੜੇ ਅੱਛੇ ਰਿਜ਼ਲਟ ਦੇ ਰਹੇ ਸੀ ਅਤੇ ਮੈਂ ਕਿਹਾ ਮੈਂ ਉਹਨਾਂ ਦਾ ਸ਼ੌਕ ਕਰਨ ਆਵਾਂਗਾ। ਅਤੇ ਕਬੂਤਰ ਦੇਖੇ ਮਾਸ਼ਾਅੱਲਾ ਬੜੇ ਅੱਛੇ ਲੱਗੇ, ਬੜਾ ਮਜ਼ਾ ਆਇਆ ਦੇਖ ਕੇ ਔਰ ਬੜੇ ਪੱਕੇ ਪੀਲੇ ਕਬੂਤਰ ਨੇ, ਬੜੇ ਕੰਪਲੀਟ ਕਬੂਤਰ। ਅਤੇ ਮੈਂ ਕਿਹਾ ਯਾਰ ਦੋਸਤਾਂ ਨੂੰ ਵੀ ਸ਼ੌਕ ਕਰਾਵਾਂ ਤਾਂ ਕਿ ਜਿਹੜਾ ਹੈ ਆਪਣਾ ਤੁਹਾਨੂੰ ਵੀ ਕੁਛ ਨਾ ਕੁਛ ਦੇਖਣ ਦਾ ਮੌਕਾ ਮਿਲੇ। ਅਤੇ ਕਬੂਤਰ ਤਾਂ ਸਾਰੇ ਦੋਸਤਾਂ ਨੇ ਅੱਛੇ ਤੋਂ ਅੱਛੇ ਰੱਖੇ ਨੇ, ਲੇਕਿਨ ਇੱਕ ਚੀਜ਼ ਹੋਰ ਵੀ ਹੈ ਕਿ ਜਿਹੜਾ ਸਪੋਰਟਸਮੈਨ ਹੁੰਦਾ ਨਾ ਉਹਦੀ ਸੋਚ ਆਮ ਖਿਲਾੜੀ ਨਾਲੋਂ ਤਰ੍ਹਾਂ ਮੁਖਤਲਿਫ ਹੁੰਦੀ। ਅਤੇ ਚੀਮਾ ਸਾਹਿਬ ਜਿਹੜੇ ਨੇ ਉਹ ਮਾਸ਼ਾਅੱਲਾ ਪਾਕਿਸਤਾਨ ਦੀ ਕ੍ਰਿਕਟ ਦੇ ਵਿੱਚ ਫਸਟ ਕਲਾਸ ਕ੍ਰਿਕਟਰ ਰਹੇ ਨੇ ਔਰ ਬੜੀ ਅੱਲਾ ਨੇ ਇਹਨਾਂ ਨੂੰ ਇੱਜ਼ਤ ਦਿੱਤੀ, ਬੜਾ ਇਹਨਾਂ ਦਾ ਨਾਮ ਹੈ। ਅਤੇ ਕਬੂਤਰਬਾਜ਼ੀ ਦੇ ਵਿੱਚ ਥੋੜ੍ਹਾ ਜਿਹਾ ਘੱਟ ਸੀ ਇਹਨਾਂ ਦਾ, ਲੇਕਿਨ ਮੈਂ ਕਹਿ ਕੇ ਇਹਨਾਂ ਨੂੰ ਦੁਬਾਰਾ ਜਿਹੜਾ ਉਹ ਟਰੈਕ 'ਤੇ ਲਿਆਂਦਾ ਔਰ ਬੜਾ ਅੱਛਾ ਦਾਣਾ ਪਾਣੀ ਵੀ ਹੈ ਇਹਨਾਂ ਦੇ ਕੋਲ ਔਰ ਕਬੂਤਰ ਵੀ ਬੜੇ ਇਹਨਾਂ ਨੇ ਮਿਸਾਲੀ ਉਡਾਏ ਆ ਫੈਸਲਾਬਾਦ ਦੇ ਵਿੱਚ ਔਰ ਬੜੇ ਅੱਛੇ ਬੜੇ ਐਨਰਜੈਟਿਕ ਜਿਹੜਾ ਨਾ ਉਹ ਬੰਦੇ ਨੇ। ਅਤੇ ਮੈਂ ਕਿਹਾ ਦੋਸਤਾਂ ਨੂੰ ਗੱਪਸ਼ਪ ਵੀ ਨਾਲ ਕਰਾਉਂਦੇ ਹਾਂ ਔਰ ਨਾਲ ਜਿਹੜਾ ਨਾ ਇਹਨਾਂ ਦੇ ਨਾਲ ਮੁਲਾਕਾਤ ਵੀ ਕਰਾਉਂਦੇ ਹਾਂ ਤੁਹਾਡੀ। ਅਸਲਾਮ ਵਾਲੇਕਮ ਭਾਈ ਜਾਨ, ਮੈਂ ਨਾ ਝੁਮਰੇ ਆਇਆ ਝੁਮਰੇ ਅਤੇ ਫੇਸਬੁੱਕ ਦੇ ਉੱਤੇ ਲਾਈਵ ਹਾਂ ਮੈਂ, ਅਤੇ ਜਦੋਂ ਲਾਈਵ ਬੰਦ ਹੁੰਦੀ ਹੈ ਨਾ ਫੈਸਲਾਬਾਦ ਆ ਕੇ ਤੁਹਾਨੂੰ ਖੁਦ ਫੋਨ ਕਰਦਾ ਬਾਈ, ਮੈਂ ਆ ਕੇ ਤੁਹਾਨੂੰ ਫੋਨ ਕਰ ਲੈਂਦਾ। ਹਾਂਜੀ ਓਕੇ। ਅਤੇ ਹੁਣ ਸਰ ਜੀ ਗੁਫ਼ਤਗੂ ਤਾਂ ਚੱਲਦੀ ਰਹੀ, ਉੱਪਰ ਇਹਨਾਂ ਦਾ ਮੈਂ ਨੰਬਰ ਵੀ ਮੈਨਸ਼ਨ ਕਰ ਦਿੱਤਾ, ਅਗਰ ਇਹਨਾਂ ਦੇ ਕਬੂਤਰ ਅੱਛੇ ਲੱਗਣ ਤਾਂ ਇਹਨਾਂ ਦੇ ਨਾਲ ਤੁਸੀਂ ਰਾਬਤਾ ਵੀ ਕਰ ਸਕਦੇ ਹੋ, ਇਸੇ ਨੰਬਰ ਦੇ ਉੱਪਰ ਵਟਸਐਪ ਵੀ ਬਣਿਆ ਇਹਨਾਂ ਦਾ। ਔਰ ਕਬੂਤਰਾਂ ਨੂੰ ਉਡਾਉਣ ਦੇ ਹਵਾਲੇ ਨਾਲ ਜਾਂ ਕੋਈ ਕਬੂਤਰਾਂ ਦੀ ਸਾਂਭ ਦੇ ਹਵਾਲੇ ਨਾਲ ਅਗਰ ਕਿਸੇ ਦੋਸਤ ਨੂੰ ਕੋਈ ਰਹਿਨੁਮਾਈ ਚਾਹੀਦੀ ਹੋਵੇ ਤਾਂ ਉਹ ਵੀ ਇਹਨਾਂ ਦੇ ਨਾਲ ਰਾਬਤਾ ਕਰ ਸਕਦਾ। ਅਤੇ ਕੈਮਰੇ ਦਾ ਰੁੱਖ ਕਰਦੇ ਹਾਂ ਜ਼ੁਲਕਰਨੈਨ ਚੀਮਾ ਸਾਹਿਬ ਵੱਲ ਔਰ ਅਗਲੀਆਂ ਗੱਲਾਂ ਜਿਹੜੀਆਂ ਉਹਨਾਂ ਨਾਲ ਕਰਾਂਗੇ। ਅਸਲਾਮ ਵਾਲੇਕਮ ਜੀ, ਕੀ ਹਾਲ ਚਾਲ ਚੀਮਾ ਸਾਹਿਬ? ਅੱਲਾਹ ਪਾਕ ਦਾ ਸ਼ੁਕਰ ਭਾਈ, ਸਭ ਖੈਰੀਅਤ, ਸਿਹਤਾਂ ਤਬੀਤਾਂ। ਤੇ ਦੋਸਤਾਂ ਨੂੰ ਕਿਹੜੇ ਕਬੂਤਰਾਂ ਦਾ ਸ਼ੌਕ ਕਰਾਓਗੇ? ਆਪਣੇ ਡੈਡੀ ਕਬੂਤਰ ਨੇ। ਅੱਛਾ ਜੀ, ਅਸੀਂ ਤੇ ਇਹਨਾਂ ਨੂੰ ਮਤਲਬ ਰਾਮਪੁਰੀ ਸਾਧਨੇ ਆ, ਲੇਕਿਨ ਮਸ਼ਾਬਤ ਇਹਨਾਂ ਦੀ ਡੈਡੀਆਂ ਵਾਲੀ ਹੈ। ਸਾਡੇ ਕੋਲ ਵੱਡੇ ਮਤਲਬ ਅੱਬੂ ਵਾਲਾ ਸਾਹਿਬ ਮੇਰੇ ਦੇ ਰਾਮਪੁਰੀ ਕਬੂਤਰ ਸਨ ਜੀ, ਤਕਰੀਬਨ ਅੱਜ ਤੋਂ 15 ਸਾਲ ਪਹਿਲਾਂ ਸਾਡੇ ਕੋਲ ਚੱਲੇ ਆ ਰਹੇ ਨੇ ਕਬੂਤਰ। ਹੂੰ, ਇਹਨਾਂ ਦੀ ਫਿਰ ਰੱਦੋ ਬਦਲ ਕਰਕੇ ਅੱਗੋਂ ਇਹਨਾਂ ਨੂੰ ਮਤਲਬ ਚੇਂਜ ਕੀਤਾ ਅੱਜ। ਹੂੰ, ਛੇਵੀਂ ਬਾਜ਼ੀ ਵਿਨ ਕਰ ਲਿਆ ਸੀ। ਅੱਛਾ, ਮਾਸ਼ਾਅੱਲਾ ਕਬੂਤਰ ਜਿਹੜੀ ਗੱਲ ਜਿੱਥਾਂ ਕੋ ਜਿੱਤੇ ਆ ਤੇ 7 7.5 7
ਪੌਣੇ ਸੱਤ ਦੇ ਰੇਂਜ ਚ ਕਬੂਤਰ ਨਾ ਬੈਠਦੇ ਸਨ, ਤੇ ਇੱਕ ਵਿੱਚ ਮਾਸ਼ਾਅੱਲਾ ਜਿਹਦੇ ਵੀ ਫੜਕ ਆਏ ਜਿੱਥੇ 9 ਕਬੂਤਰਾਂ ਨਾਲ 110 ਘੰਟੇ ਬਣੇ, ਠੀਕ ਹੈ, ਤੇ ਬਾਕੀ 90 ਘੰਟੇ 95 ਘੰਟੇ ਰੋਜ਼। ਪਹਿਲੇ ਦਿਨ 2 ਕਬੂਤਰ ਰਾਤ ਰਹਿ ਗਏ ਸਾਜੇ, ਉਹ ਸੁਬਾਹ ਬੈਠੇ ਸਾਜੇ ਆ ਕੇ, ਤੇ ਬਾਕੀ 9 ਕਬੂਤਰ ਹੀ ਰਹੇ ਸਾਜੇ ਸਾਡੇ ਕੋਲ, 9-6 ਬਾਗੀਆਂ ਚੱਲੇ ਗਏ। ਉਹਨਾਂ 9 ਕਬੂਤਰਾਂ ਨੇ ਮਾਸ਼ਾਅੱਲਾ ਸੀ ਨਾ, ਕਬੂਤਰ ਵੀ ਪੂਰੇ ਹੁੰਦੇ ਰਹੇ ਰੋਜ਼, ਤੇ ਬੈਠਦੇ ਵੀ ਰਾਤ ਨੂੰ ਰਹੇ, ਤੇ ਉਹ ਮਾਸ਼ਾਅੱਲਾ ਫਿਰ 8 ਘਰਾਂ ਕੋਈ ਆਪਾਂ ਬਾਜ਼ੀ ਜਿੱਤ ਗਏ। ਮਾਸ਼ਾਅੱਲਾ। ਇੱਕ ਦੋਸਤ ਸੀ ਮੇਰਾ, ਉਹ ਵੀ ਨਾਲ ਹੀ ਛੱਤ ਸੀ, ਨਸਰੁੱਲਾ ਚਾਹੇ ਵਾਲਾ ਜੀ, ਉਹ ਮਤਲਬ ਬਾਦੀਆਂ ਥੱਲੇ ਲੱਗਾ ਸੀ, ਤੇ ਉਹਨੂੰ ਵੀ ਮਤਲਬ ਕਿ ਦਾਣਾ ਪਾਣੀ ਦਿੱਤਾ, ਮਾਸ਼ਾਅੱਲਾ ਉਰੀਆਂ ਵੀ 2 ਫੜਕਾਂ ਰਹਿੰਦੀਆਂ ਸਨ, ਦੋਵੇਂ ਫੜਕਾਂ 7:30 ਵਜੇ ਕਬੂਤਰ ਬੈਠਾ। ਮਾਸ਼ਾਅੱਲਾ ਮਾਸ਼ਾਅੱਲਾ ਜੀ ਜੀ ਬਿਲਕੁਲ ਪਤਾ ਮੈਨੂੰ। ਹਾਂਜੀ, ਉਹਨਾਂ ਨੇ ਵੀ ਮਾਸ਼ਾਅੱਲਾ ਫਿਰ ਉਹ ਜਿਹੜੇ ਘਰਾਂ ਕੋਲ ਥੱਲੇ ਲੱਗੇ ਸਨ ਉਹਨਾਂ ਕੋਲੋਂ ਜਿੱਤ ਗਏ। ਜ਼ਿੰਦਾਬਾਦ। ਤੇ ਆਪਣਾ ਥੋੜਾ ਜਿਹਾ ਕ੍ਰਿਕਟ ਦੇ ਹਵਾਲੇ ਨਾਲ ਆਪਣਾ ਕੋਈ ਤਾਰਫ ਕਰਾਓ ਦੋਸਤਾਂ ਨੂੰ, ਜ਼ਰਾ ਪਤਾ ਚੱਲੇਗਾ। ਜਿਹੜੇ ਤਾਂ ਮੈਨੂੰ ਵੇਖਣ ਦੇ ਹੋਣੇ ਨੇ ਜਾਂ ਜਿਹੜੇ ਜਾਣਦੇ ਨੇ, ਉਹਨਾਂ ਨੂੰ ਸਾਰਾ ਹੀ ਪਤਾ ਮੈਂ ਮਾਸ਼ਾਅੱਲਾ ਮਤਲਬ ਸ਼ੁਰੂ ਤੋਂ ਅੰਡਰ 16 ਖੇਡਿਆ ਫੈਸਲਾਬਾਦ ਵੱਲੋਂ, ਅੰਡਰ 19 ਖੇਡਿਆ ਰੀਜਨ, ਫਿਰ ਅੰਡਰ 19 ਪਾਕਿਸਤਾਨ ਖੇਡਿਆ, ਫਿਰ ਮੈਂ ਫਸਟ ਕਲਾਸ ਖੇਡਿਆ ਜਿਹਨੂੰ ਕੈਦ ਆਦਮ ਟਰਾਫੀ ਕਹਿੰਦੇ ਹੋ, ਫੈਸਲਾਬਾਦ ਵੱਲੋਂ ਖੇਲਿਆ ਵਾਂ, ਸੂਈ ਗੈਸ ਵੱਲੋਂ ਖੇਲਿਆ, ਕੋਟ ਕਾਸਮ ਵੱਲੋਂ ਖੇਲਿਆ, ਠੀਕ ਹੈ, ਗ੍ਰੇਡ 2 ਖੇਡਿਆ ਮੈਡੀਕੈਮ ਵੱਲੋਂ, ਮਤਲਬ ਫਸਟ ਕਲਾਸ ਮੈਂ ਬਹੁਤ ਜ਼ਿਆਦਾ ਖੇਲਿਆ ਵਾਂ, 48 ਮੈਚ ਆ ਮੇਰੇ। ਤੇ ਉਹ ਫਿਰ ਕ੍ਰਿਕਟ ਤੋਂ ਨਾਲ ਨਾਲ ਕਬੂਤਰਾਂ ਦਾ ਸ਼ੌਕ ਸੀ, ਕਿਉਂਕਿ ਵਾਲਾ ਸਾਹਿਬ ਵੀ ਸ਼ੌਕ ਕਰਦੇ ਸਨ, ਆਇਆ ਆਪੂ ਸਨ ਉਹ ਵੀ ਸ਼ੌਕ ਕਰਦੇ ਸਨ, ਉਹ ਫਿਰ ਕ੍ਰਿਕਟ ਨੂੰ ਮਤਲਬ ਕਿ ਵੀ ਖੇਡਦਿਆਂ ਖੇਡਦਿਆਂ ਨਾਲ ਇਹਨਾਂ ਦਾ ਸ਼ੌਕ ਪੈ ਗਿਆ, ਪਰ ਇਹਨਾਂ ਦੀ ਵਜ੍ਹਾ ਤੋਂ ਕ੍ਰਿਕਟ ਛੱਡ ਦਿੱਤੀ। ਅੱਛਾ, ਫਿਰ ਕਬੂਤਰਬਾਜ਼ੀ ਚ ਆ ਗਏ। ਕਬੂਤਰਬਾਜ਼ੀ ਚ ਆ ਗਏ। ਚਲੋ ਮੈਂ ਤੁਹਾਡਾ ਉੱਪਰ ਨੰਬਰ ਵੀ ਮੈਂਸ਼ਨ ਕਰ ਦਿੱਤਾ, ਤੇ ਦੋਸਤ ਕੋ ਤੁਹਾਡੇ ਨਾਲ ਰਾਬਤਾ ਕਰਨਗੇ, ਕੋਈ ਕਬੂਤਰਾਂ ਲਈ ਵੀ ਕਰਨਗੇ, ਤੇ ਕੋਈ ਆਪਣਾ ਕਬੂਤਰਾਂ ਦੀ ਉਡਾਨ ਸੰਭਾਲ ਲਈ ਵੀ ਕਰਨਗੇ, ਤੇ ਜ਼ਰਾ ਮਿਹਰਬਾਨੀ ਕਰਨੀ ਅੱਛੇ ਤਰੀਕੇ ਨਾਲ ਦੋਸਤਾਂ ਨੂੰ ਨਾ ਗਾਈਡ ਕਰਨਾ, ਕਿਉਂਕਿ ਵੀ ਜਿਹੜੇ ਵੱਡੇ ਉਸਤਾਦ ਨੇ ਉਹ ਤੇ ਤੁਹਾਨੂੰ ਪਤਾ ਸਾਡੇ ਲਈ ਕਾਬਲੇ ਇਤਰਾਮ ਨੇ, ਲੇਕਿਨ ਉਹ ਗੱਲ ਦੱਸਣੀ ਪੁੱਛਣੀ ਉਹਨਾਂ ਵਾਸਤੇ ਨਾ, ਉਹ ਮਤਲਬ ਉਹ ਆਪਣੇ ਚੈਨਲ ਤੋਂ ਇਲਾਵਾ ਆਪਣੇ ਸ਼ਕੀਰਤੀ ਉਸਤਾਦੀ ਤੋਂ ਇਲਾਵਾ ਨਹੀਂ ਦੱਸਦੇ, ਤੇ ਤੁਹਾਡੇ ਵਿੱਚ ਮੈਂ ਸਿਰਫ ਦੇਖੀਏ, ਮੈਂ 2 ਦਫਾ ਜਿੱਥੇ ਵੀ ਤੁਹਾਨੂੰ ਕਿਹਾ ਕਿ ਇਹ ਬੰਦੇ ਦਾ ਫੋਨ ਹੈ ਤੇ ਇਹ ਗਾਈਡ ਕਰੋ ਤੇ ਦੱਸੋ, ਤੇ ਤੁਸੀਂ ਮਿਹਰਬਾਨੀ ਕੀਤੀ ਔਰ ਮਾਸ਼ਾਅੱਲਾ ਪਰਫਾਰਮੈਂਸ ਵੀ ਅੱਛੀ ਆਈ ਹੈ। ਖੈਰ ਇਹ ਗੱਲਾਂ ਤੇ ਚੱਲਦੀਆਂ ਰਹਿਣਗੀਆਂ, ਤੇ ਦੋਸਤੋ ਇਹ ਰਹਿੰਦੇ ਨੇ ਝੁਮਰੇ ਦਾ ਇੱਕ ਨਾਂ ਲੱਗੇ ਇਲਾਕਾ ਪਿੰਡ ਬਾਂਗੇ ਚੱਕ, ਉੱਥੇ ਦੇ ਜ਼ੁਲਕਰ ਨੈਨ ਚੀਮਾ ਸਾਹਿਬ ਨੇ, ਔਰ ਹੁਣ ਮੈਂ ਤੁਹਾਨੂੰ ਇਹਨਾਂ ਦੇ ਕਬੂਤਰਾਂ ਦਾ ਸ਼ੌਕ ਕਰਾਉਣਾ। ਕਬੂਤਰਾਂ ਦੀਆਂ ਅੱਖਾਂ, ਕਬੂਤਰਾਂ ਦੇ ਜਿਸਮ ਔਰ ਕਬੂਤਰਾਂ ਦੇ ਰੰਗ ਬੜੇ ਪੱਕੇ ਨੇ ਮਾਸ਼ਾਅੱਲਾ। ਦੂਜੇ ਹੱਥ 'ਚ ਫੜਿਓ ਕਬੂਤਰ, ਸਰ ਇਹ ਇੱਧਰ ਇੱਥੇ ਫੜ ਕੇ ਰੱਖੋ, ਬਸ ਫੜ ਕੇ ਰੱਖੋ ਜੀ। ਦੋਸਤੋ ਦੇਖੋ ਤੁਸੀਂ ਇਹਨਾਂ ਦੀਆਂ ਜਿਹੜੀਆਂ ਨੇ ਨਾ ਅੱਖਾਂ, ਦੇਖੋ ਇਹਨਾਂ ਦੀਆਂ ਕਿੱਦਾਂ ਜਗਦੀਆਂ ਨੇ, ਦੋ ਰੰਗ ਨਿਕਲਦੇ ਨੇ ਭਾਏ ਨੇ। ਅੱਛਾ ਜੀ, ਇੱਕ ਰਾਮਪੁਰੀ ਨਿਕਲਦੇ ਨੇ ਉਹ ਵੀ ਦਿਖਾਨੇ ਆ, ਤੇ ਇੱਕ ਐ ਨਿਕਲਦੇ ਨੇ ਰੰਗ। ਤੇ ਚੀਮਾ ਸਾਹਿਬ ਪਰਵਾਜ਼ਾਂ ਕਿੰਨੇ ਵਜੇ ਤੱਕ ਦੀਆਂ ਨੇ ਇਹਨਾਂ ਦੀਆਂ, ਮਤਲਬ ਇਹ ਜਿਹੜਾ ਭਾਏ ਤੁਹਾਡੇ ਹੱਥ 'ਚ ਕਬੂਤਰ ਹੈ ਨਾ, ਆਹ ਬਜ਼ਾਤੇ ਖੁਦ ਵੀ ਆਪੀ ਮੋੜ ਤੇ ਸ਼ਾਮ ਤੱਕ ਇਹਨੂੰ ਫੜ ਕੇ ਰੱਖਿਓ ਜ਼ਰਾ, ਮੈਂ ਜ਼ਰਾ ਇਹਨੂੰ ਨਾ, 2018-19 ਦੇ ਵਿੱਚ ਨਾ 2 ਸਾਲ ਸਾਡੇ ਕੋਲ ਨਾ ਉੱਡਿਆ ਬਾਦੀਆਂ, ਇਹਦਾ ਨਹੀਂ ਇਹਦਾ ਨਹੀਂ ਇਹ। ਅੱਛਾ, ਤੇ ਉਸ ਤੋਂ ਬਾਅਦ ਅੱਗੋਂ ਇਹਦੇ ਮਤਲਬ ਸਾਡੇ ਕੋਲ ਅੱਗੋਂ ਇਸ ਕਬੂਤਰ ਦੀਆਂ 7 ਪੀੜੀਆਂ ਚੱਲਣ ਡਈਆਂ, ਤੇ ਪੱਠੀਆਂ ਦੇ ਅੱਗੋਂ, ਪੱਠਿਆਂ ਦੇ ਅੱਗੋਂ ਮਤਲਬ ਸਾਡੇ ਕੋਲ ਰਿਜ਼ਲਟ ਆ। ਉਹ ਇੱਕ ਤੇ ਪੱਠਾ ਇਹਦਾ ਅੱਗੋਂ ਕੁੰਦਾ ਵੀ ਦਿਖਾਓ ਤਰ ਇਹਦਾ। ਅੱਛਾ ਜੀ, ਅੱਗੋਂ ਮੈਂ ਤੁਹਾਨੂੰ ਦਿਖਾਉਂਦਾ ਵਾਂ ਇਹਦੇ ਪੁੱਤਰ ਦਾ ਅੱਗੋਂ ਪੁੱਤਰ ਹੈ ਜੀ, ਇਹਦਾ ਪੋਤਰਾ ਲੱਗਦਾ, ਉਹ ਵੀ ਸਾਡੇ ਕੋਲ ਬੱਚਾ ਸ਼ਾਮ ਤੱਕ ਉੱਡਿਆ ਜੀ। ਇੱਦਾਂ ਮੇਰੇ ਨਾਲ ਸ਼ੇਅਰ ਕਰੋ, ਮਤਲਬ ਕਿ ਸ਼ਾਮ ਜਿਹੜੀ ਉਹ 4-5 ਵਜੇ ਤੋਂ ਬਾਅਦ ਸ਼ਾਮ ਹੀ ਹੋ ਜਾਂਦੀ ਹੈ, ਮਤਲਬ 4-5-6 ਦੇ ਘਰਾਂ ਦੇ ਵਿੱਚ, ਬਸ ਇਹਨਾਂ ਦੀ ਮੇਨ ਗੱਲ ਹੈ ਕਿ ਘਰ ਨੂੰ ਵਾਪਸ ਮੁੜਦੇ ਆ, ਇਹ ਰਾਤ ਨਹੀਂ ਰਹਿੰਦੇ ਕਿ ਹਨੇਰੇ 'ਚ ਵੀ ਬੈਠ ਜਾਂਦੇ ਆ, ਅਤੇ ਉਸ ਤੋਂ ਬਾਅਦ 4-5-6 ਵਜੇ ਦੇ ਘਰਾਂ ਦੇ ਵਿੱਚ ਇਹਨਾਂ ਬੈਠਣਾ ਹੁੰਦਾ।
ਬਸ ਟਕਾ ਕੇ ਰੱਖੋ ਇੱਥੇ, ਅੱਖ ਵੀ ਦੁਬਾਰਾ ਦਿਖਾਓ ਤੇਰਾ। ਹੁਣ ਆ ਜਿਹੜਾ ਨਾ ਅੱਗੇ ਛੱਡੋ, ਮੈਂ ਦੱਸ ਜਿਸ ਤਰ੍ਹਾਂ ਮੈਂ ਫੜਾਂਗਾ ਨਾ, ਫੜਨਾ ਵਾ ਉਹ ਵਿੱਚ ਬਾਹਰ ਜੇ ਇਸ ਤਰ੍ਹਾਂ ਫੜਨਾ ਤੁਸੀਂ, ਠੀਕ ਹੋ। ਇਹ ਜਿਹੜਾ ਨਾ ਅੱਗੇ ਨਹੀਂ, ਇਹਦੇ ਚੁੰਝ ਦੇਣਾ ਚਾਹੀਦਾ, ਹੱਥ ਚੁੰਝਿਆਂ 'ਚ ਬਾਹਰ ਨਿਕਲਣੀ ਚਾਹੀਦੀ, ਠੀਕ ਹੋ। ਫਿਰ ਜਿਹੜਾ ਨਾ ਸਾਰਾ ਕੁਛ ਸਾਡਾ ਕਲੀਅਰ ਆਏਗਾ। ਲਓ ਜੀ ਮਾਸ਼ਾਅੱਲਾ ਦੋਸਤੋ, ਤੁਹਾਨੂੰ ਮਜ਼ਾ ਆਏਗਾ ਕਬੂਤਰ ਦੇਖ ਕੇ। ਮੈਨੂੰ ਤਾਂ ਪੂਰਾ ਖਾਨਦਾਨ ਬੜਾ ਪਸੰਦ ਹੈ, ਅਤੇ ਚਲੋ ਤੁਹਾਨੂੰ ਵੀ ਸ਼ੌਕ ਕਰਾਵਾਂ। ਇਹਦਾ ਸਾਰਾ ਪਹਿਲੇ ਜੋ ਵੀ ਹੈ ਨਾ, ਭੈਣ ਭਰਾ ਪੁੱਤਰ ਜੀ ਉਹ ਸਾਰੇ ਉਹਨਾਂ ਦਾ ਵੀ ਕਰਾਇਓ। ਇਹ ਸਾਡੇ ਬੜੇ ਅੱਛੇ ਭਾਈ ਹੈ, ਚੀਮਾ ਸਾਹਿਬ ਦੇ ਪਿਆਰੇ ਦੋਸਤ। ਕੀ ਨਾਮ ਭਾਈ ਤੁਹਾਡਾ? ਹਾਮਦ ਭਾਈ। ਇਹ ਸ਼ਗਿਰਦ ਵੀ ਨੇ ਚੀਮਾ ਸਾਹਿਬ ਦੇ, ਅਤੇ ਮਾਸ਼ਾਅੱਲਾ ਬੜੇ ਅੱਛੇ ਪਲੇਅਰ ਵੀ ਨੇ, ਬੜਾ ਅੱਛਾ ਗੇਮ ਖੇਡਦੇ ਆ। ਅਤੇ ਅੱਜ ਇਹਨਾਂ ਨੂੰ ਬੁਲਾਇਆ ਨਾਲ ਜ਼ਰਾ ਸ਼ੌਕ ਕਰਾਉਣ ਲਈ। ਜੀ ਇਹ ਭਾਏ ਦਾ ਪੋਤਰਾ ਜੇ ਇਸ ਪੱਠੇ ਦਾ। ਅੱਛਾ ਜੀ, ਵੱਡੇ ਕਬੂਤਰ ਦਾ। ਹੂੰ, ਇਹ ਵੀ ਮਾਸ਼ਾਅੱਲਾ ਸਾਡੇ ਕੋਲ 2020 ਦੇ ਵਿੱਚ ਨਾ ਬੱਚਾ ਸ਼ਾਮ ਨੂੰ ਬੈਠਦਾ ਹੁੰਦਾ। ਹੂੰ, ਫਿਰ ਮੈਂ ਰੋਕ ਲਿਆ ਸੀ ਜੋੜਿਆਂ ਵਾਸਤੇ। ਕੁੰਦਾ ਖੋਲੋ ਜੀ। ਮਾਸ਼ਾਅੱਲਾ ਬੜੇ ਅੱਛੇ ਪੱਲਿਆਂ ਦੇ ਕਬੂਤਰ ਨੇ, ਜਿਹੜੇ ਕੋਈ ਉਂਝਦੇ ਸੀ ਉਹ ਪਹਿਲੇ ਕਢਾ ਦਿੱਤੇ ਦੋਸਤੋ। ਹੁਣ ਮਾਸ਼ਾਅੱਲਾ ਇਹਨਾਂ ਦੇ ਕੋਲ ਬਹੁਤ ਹਾਈ ਫਾਈ ਕਬੂਤਰ ਬਣ ਗਏ ਨੇ ਮਾਸ਼ਾਅੱਲਾ। ਔਰ ਬੜੇ ਦੇਖੋ ਅੱਖਾਂ ਦੇ ਸਾਈਜ਼ ਦੇਖੋ ਇਹਨਾਂ ਦੇ ਕਿੱਡੇ ਆ, ਕੁੰਦੇ ਦੇਖੋ, ਰੰਗ ਦੇਖੋ ਕੈਸੇ ਬਣੇ ਹੋਏ ਇਹਨਾਂ ਦੇ। ਟੈਡੀ ਮਾਦੀ ਆ ਬੂਹੇ 'ਚ ਬੈਠੀ, ਝੋਲੇ ਵਾਲੀ ਜਿਹੜੀ ਇਹ ਵੀ ਲਿਆ ਇਹਨਾਂ ਦੇ ਇੱਧਰ ਇੱਧਰ। ਹੋਰ ਜਿਹੜੇ ਤੁਹਾਡੇ ਕੋਲ ਉੱਡੇ ਡਾਏ ਕਬੂਤਰ ਨੇ ਉਹ ਵੀ ਦਿਖਾਓ। ਖਾਨਾ ਭਾਏ ਨੂੰ ਪੱਠੀ ਸੀ, ਇਹਨਾਂ ਦੀ ਭੈਣ ਸੀ, ਉਹਨੂੰ ਝੋਲਾ ਹੋ ਗਿਆ ਲੇਕਿਨ ਬਲੀਡਿੰਗ ਕਰਨ ਡਈ ਹੈ। ਹੂੰ, ਪੁਰਾਣੀ ਡਿੰਗੀ ਹੋ ਗਈ ਜੀ। ਰਾਣਾ ਬਲਾਲ ਸਾਹਿਬ ਕੀ ਹਾਲ ਹੈ ਤੁਹਾਡਾ, ਠੀਕ ਹੋ? ਮੇਰੇ ਕੋਲ ਨਾ ਮਤਲਬ ਕਿ ਖਰਾਬ ਹੋ ਗਈ ਸੀ ਵਾਇਰਸ ਦੇ ਵਿੱਚ। ਫਿਰ ਚੁੰਝ ਉੱਥੇ ਹੀ ਆਉਣ ਦੀ ਤੁਹਾਡੀ, ਇੱਦਾਂ ਰੱਖੋ ਇੱਕ। ਦੋਸਤੋ ਬੜੇ ਘਰਾਂ ਦੇ ਵਾਪਸੀ ਦੇ ਬਾਦਸ਼ਾਹ ਕਬੂਤਰ ਨੇ। ਬਹੁਤ ਅੱਛੇ ਕਬੂਤਰ ਨੇ ਮਾਸ਼ਾਅੱਲਾ। ਹੋਰ ਦੇਖੋ ਕਿਹੜੇ ਕੋਈ ਨੀ, ਹੋਰ ਵੀ ਜੇ ਕੋਈ ਹੋਰ ਫੜ ਲਿਆਓ। ਇਹ ਨਹੀਂ ਹੈ ਤੇ ਕੋਈ ਹੋਰ ਜਿਹੜੇ ਤੁਹਾਡੇ ਕੋਲ ਫੇਵਰੇਟ ਨੇ ਉਹ ਫੜ ਲਿਆਓ ਕਬੂਤਰ। ਹੁਣ ਦੋ ਜਾਂ ਚਾਰ ਹੋਰ ਦਿਖਾ ਕੇ ਕਬੂਤਰ ਬਾਹਰ ਕੱਢ ਕੇ ਦਰਵਾਜ਼ਾ ਬੰਦ ਕਰਕੇ ਤੇ ਫਿਰ ਸਾਰੇ ਦਿਖਾ ਦਿਓ। ਦਿਲ ਲੱਗੀ ਵਾਲਾ ਕਬੂਤਰ। ਹਾਂ, ਇਹਦਾ ਬਹੁਤ ਅੱਛਾ ਰਿਜ਼ਲਟ ਹੈ। ਹਾਂ, ਇਹ ਕਿਹੜਾ ਕਬੂਤਰ ਹੈ? ਇਹ ਸਾਡਾ ਤੇ ਮਸਲਾ ਬਸ ਹੀ ਉਂਗਲੀ ਅੱਗੇ ਆ ਗਈ ਤੁਹਾਡਾ। ਅੱਛਾ ਜੀ, ਅਸੀਂ ਇਹਨਾਂ ਆਪਣਾ ਨਾਂ ਰੱਖਿਆ ਲਾਲ ਬੁੱਲੀਆਂ ਵਾਲਾ। ਇੰਜ ਇਹ ਇੰਜ ਪੁੱਛੋ ਨਾ ਇਹਨੂੰ ਵੀ ਇੰਜ ਇੰਜ ਕਰੋਗੇ ਫਿਰ ਉਹ ਤੜਫੇਗਾ ਨਹੀਂ ਇੱਥੇ। ਹੂੰ,
ਦੂਜੇ ਦਿਖਾਓ ਕਿਹੜੇ ਨੇ ਪੁਰਾਣੇ ਕਬੂਤਰ ਨੇ ਜਿਹੜੇ ਕੁੰਦਾ ਖੋਲ ਮਾਸ਼ਾਅੱਲਾ ਓਕੇ ਮੋਤੀਆਂ ਵਾਲੀ ਕਬੂਤਰੀ ਹੈ ਜੀ ਪੁਰਾਣੀ ਸਾਹਿਬ ਮੈਂ ਤੁਹਾਨੂੰ ਉਹ ਵਿਖਾਣ ਲਿਆ ਜਿਹੜੇ ਮੇਰੇ ਵਾਲਾ ਸਾਹਿਬ ਵਾਲੇ ਕਬੂਤਰ ਸਨ ਨਾ ਜੀ ਜੀ ਪੁਰਾਣੇ ਇਹ ਬਹੁਤ ਮਤਲਬ ਰਿਜ਼ਲਟਡ ਕਬੂਤਰ ਜੇ ਇਹ ਸਾਡੇ ਫੈਸਲਾਬਾਦੀ ਕਬੂਤਰ ਨੇ ਕੁੰਦਾ ਖੋਲੋ ਇਹ ਲਾਜਵਾਬ ਕਬੂਤਰੀ ਹੈ ਇਹਦੇ ਪੰਜਿਆਂ ਦਾ ਵੀ ਸ਼ੌਕ ਕਰਾਇਆ ਹੁਣ ਸਾਰੇ ਬਾਹਰ ਕੱਢੋ ਆ ਲੈ ਜਾਓ ਕੈਮਰਾ ਤੇ ਸਾਰੇ ਬਾਹਰ ਕੱਢ ਕੇ ਤਰਤੀਬ ਨਜ਼ਰ ਇਹਨਾਂ ਨੂੰ ਦਿਖਾਓ ਮੈਂ ਇੱਕ ਦੋ ਰਾਮਪੁਰੀ ਵਿਖਾਣੇ ਨੇ ਦਿਖਾ ਲਓ ਅੱਜ ਮੌਸਮ ਵੀ ਬੜਾ ਅੱਛਾ ਹੈ ਜੀ ਪਰ ਲਾਹੌਰ ਦੇ ਵਿੱਚ ਤੇ ਦੱਸ ਰਹੇ ਤੂਫਾਨ ਆ ਗਿਆ ਹੁਣ ਤਿੰਨ ਚਾਰ ਦਿਨ ਲਗਾਤਾਰ ਇੰਜ ਹੀ ਸਿਲਸਿਲਾ ਰਹਿਣਾ ਅੱਛਾ ਜੀ ਇਹ ਕਿਹੜੇ ਕਬੂਤਰ ਅੱਛਾ ਇੰਨਾ ਜੀ ਸਾਰੇ ਬਣੇ ਜੇ ਠੀਕ ਹੈ ਜਿਹੜੇ ਅੱਗੇ ਤੁਹਾਨੂੰ ਦਿਖਾਏ ਨੇ ਕੀ ਬਾਤ ਹੈ ਸਾਹਿਬ ਜੀ ਮਾਸ਼ਾਅੱਲਾ ਬਹੁਤ ਜੀ ਪਰ ਖੋਲੋ ਤੁਸੀਂ ਵਾਹ ਜੀ ਵਾਹ ਨਹੀਂ ਦੋਸਤੋ ਰਾਮਪੁਰੀ ਕਬੂਤਰ ਤੇ ਲੱਭਦੇ ਲਿਖੇ ਦਿੰਦੀਆਂ ਨੀਆਂ ਚਿੱਟੀਆਂ ਅੱਖਾਂ 'ਚ ਨਹੀਂ ਲੱਭਦੇ ਭਾਵੇਂ ਉੱਡੇ ਨੇ ਇਹਨਾਂ ਦਾ ਮਤਲਬ ਕਿ ਵੀ ਆਬਾਦੀਆਂ 'ਚ ਉੱਡਦੇ ਰਹੇ ਨੇ ਹੁਣ ਸਹੀ ਫੜਿਆ ਤੁਸੀਂ ਕਬੂਤਰ ਨੂੰ ਮਾਸ਼ਾਅੱਲਾ ਲਓ ਜੀ ਮੈਂ ਸਾਹਿਬ ਤਰ੍ਹਾਂ ਜਾ ਕੇ ਕਬੂਤਰ ਆਪਣੇ ਦਿਖਾਓ ਨਾਲ ਬੋਲਿਓ ਵੀ ਕਿ ਇਹ ਫਲਾਣਾ 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 ਤੁਸੀਂ ਸਹੀ ਦਿਖਾ ਦੇਣੇ ਨਾ ਉਰੇ ਆਓ ਉਹ ਉੱਥੇ ਲੈ ਉੱਥੇ ਬੈਠੋ ਇਹਨਾਂ ਨੂੰ ਲੈ ਕੇ
ਉੱਤੇ ਬਹਿ ਜਾਣਗੇ ਥੱਲੇ ਜ਼ਮੀਨ 'ਤੇ ਬਹਿ ਕੇ ਕੈਮਰਾ ਉੱਚਾ ਜਿੱਦਾਂ ਤੁਹਾਨੂੰ ਦੱਸਿਆ ਉਸ ਕਰਕੇ ਤੁਸੀਂ ਬਹਿ ਕੇ ਸ਼ੋਕ ਕਰਾਓਗੇ। ਮੇਰਾ 0318-7681-558। ਕਬੂਤਰ ਭਾਵੇਂ ਕਦੀ ਫੜੇ ਨਹੀਂ ਜੇ, ਇਸ ਵਾਸਤੇ ਉਹਨਾਂ ਡਰਦੇ ਨੇ। ਜ਼ਮੀਨ ਤੇ ਚੀਨਾ ਕਬੂਤਰ ਬੈਠਾ ਹੋ ਤੇ ਦਿਖਾਓ ਪਹਿਲਾਂ। ਮੇਰਾ ਕਬੂਤਰ ਘਰ ਦਾ ਹੀ ਪੱਠਾ, ਇਹਨਾਂ ਕਾਲਿਆਂ ਦੇ ਵਿੱਚੋਂ ਹੀ ਬਾਦੀਆਂ ਚ ਉੱਡਦਾ ਰਿਹਾ। ਹਾਂਜੀ, 2021 ਦੇ ਵਿੱਚ ਨਾ ਉੱਡਿਆ ਸੀ। ਪੱਠੀ ਪੱਠੀ ਨਾਲ ਉਹ ਪੱਠਾ ਲੱਗਾ ਤੇ ਪਿੱਛੇ ਇਹਨਾਂ ਦਾ ਮਤਲਬ ਉਹ ਦਾਦਾ ਪੜਦਾਦਾ ਉਹ ਪਿੱਛੇ ਹੇਠ ਤੇ ਬੈਠਾ ਹੈ। ਲੋ ਜੀ, ਇਹਦਾ ਸ਼ੌਕ ਤੁਹਾਨੂੰ ਮੈਂ ਕਰਾ ਦਿੱਤਾ ਜੀ। ਬਹੁਤ ਹਸੀਨ ਤੇ ਬੜੀ ਐਂਟੀਕ ਕਬੂਤਰ ਜੀ, ਮਾਸ਼ਾਅੱਲਾ। ਤੁਸੀਂ ਭਾਅ ਇੱਥੇ ਤੁਸੀਂ ਨਾ ਲਾਓ ਭਾਈ, ਕੁੰਦੇ ਛੁੰਦੇ ਵੀ ਚੰਗੇ, ਮਾਦੀ ਦੇ ਡੋਮ ਵੀ ਠੀਕ ਹੈ, ਕਲਰ ਵੀ ਪੂਰਾ। ਹੋਰ ਦਿਖਾਣਾ ਕੋਈ ਲੈ ਆਓ। ਲਓ ਜੀ, ਸਾਰੇ ਵੀ ਤੁਹਾਨੂੰ ਦਿਖਾ ਦਿੱਤੇ ਨੇ ਮੈਂ, ਤੇ ਜਿਹੜੇ ਦੋਸਤ ਨੇ ਰਾਬਤਾ ਕਰਨਾ ਚੀਮਾ ਸਾਹਿਬ ਨਾਲ ਰਾਬਤਾ ਕਰ ਸਕਦੇ ਹੋ। ਇਨਸ਼ਾਅੱਲਾ ਤੁਹਾਨੂੰ ਮਜ਼ਾ ਆਏਗਾ ਕਬੂਤਰ ਦੇਖ ਕੇ ਵੀ, ਔਰ ਇਹ ਬੱਚੇ ਵਗੈਰਾ ਵੀ ਦਿੰਦੇ ਨੇ, ਅਤੇ ਤੁਸੀਂ ਜਿਹੜਾ ਨਾ ਰਾਬਤਾ ਕਰ ਸਕਦੇ ਹੋ। ਚੀਮਾ ਸਾਹਿਬ ਦੇ ਬੱਚੇ ਵੀ ਬੜੇ ਜਿਹੜੇ ਅੱਛੇ ਉੱਡਦੇ ਆ। ਅੱਛਾ ਜੀ, ਲਿਆਓ 41 ਅਤੇ ਅੰਗਰੇਜ਼ ਦਾ ਜੀ ਹੈ ਮਾਸ਼ਾਅੱਲਾ। ਚੀਮਾ ਸਾਹਿਬ ਦੇ ਕੋਲ ਮੇਰੇ ਕਬੂਤਰਾਂ ਦੇ ਵਿੱਚੋਂ ਵੀ ਹੈ, ਦੇਖੋ ਹਾਂ ਤੁਸੀਂ, ਇਹ ਬਹੁਤ ਅੱਛੇ
ਪਰਫਾਰਮਰ ਕਬੂਤਰ ਨੇ ਮਾਸ਼ਾਅੱਲਾ। ਇਹਦੇ 'ਚ ਇੱਕ ਪਰ ਸ਼ੇਖਾਂ ਵਾਲਾ ਅਤੇ ਇੱਕ ਪਰ ਜਿਹੜਾ ਉਹ ਪੰਜ ਨੰਬਰ 'ਤੇ ਆਪਣਾ ਗੋਲਡਨ ਹੈ। ਖੋਲੋ ਜੀ ਜ਼ਰਾ, ਕੁੰਦਾ ਵੀ ਖੋਲੋ, ਦੇਖੋ ਇਹਨਾਂ ਦੀਆਂ ਲੈਂਥਾਂ, ਇਹਨਾਂ ਦੇ ਸਟਰਕਚਰ, ਪਰਾਂ ਦੀ ਕਟਿੰਗ, ਸ਼ੇਪ ਹੀ ਡਿਫਰੈਂਟ ਹੈ ਮਾਸ਼ਾਅੱਲਾ। ਚਿੰਮਾ ਸਾਹਿਬ ਨੇ ਜੋੜਾ ਵੀ ਬੜਾ ਅੱਛਾ ਲਾਇਆ, ਕਿਆ ਬਾਤ। ਲਓ ਜੀ ਦੋਸਤੋ, ਬਹੁਤ ਬਹੁਤ ਸ਼ੁਕਰੀਆ, ਆਪਣਾ ਖਿਆਲ ਰੱਖਿਓ। ਇੱਕ ਛੋਟਾ ਜਿਹਾ ਕਲਿੱਪ ਸੀ, ਮੈਂ ਕਿਹਾ ਚਲੋ ਆਪ ਵੀ ਮੈਂ ਸ਼ੌਕ ਕਰ ਰਿਹਾ ਅਤੇ ਤੁਹਾਨੂੰ ਵੀ ਸ਼ੌਕ ਕਰਾਵਾਂ। ਅਤੇ ਅੱਜ ਕੱਲ੍ਹ ਜ਼ਰਾ ਮੈਨੂੰ ਇੱਕ ਖਾਸ ਬਰੀਡ ਦਾ ਸ਼ੌਕ ਚੜਿਆ ਹੋਇਆ, ਅਤੇ ਉਹ ਮੈਂ ਚੀਮਾ ਸਾਹਿਬ ਨੂੰ ਕਿਹਾ ਸੀ, ਮੈਂ ਕਿਹਾ ਉਹ ਕਬੂਤਰਾਂ ਦਾ ਸ਼ੌਕ ਕਰਾਓ। ਅਤੇ ਅੱਜ ਅਸੀਂ ਜਾ ਰਹੇ ਹਾਂ ਉਹ ਕਬੂਤਰ ਦੇਖਣ, ਅਤੇ ਇਨਸ਼ਾਅੱਲਾ ਤਾਲਾ ਦੁਬਾਰਾ ਤੁਹਾਡੇ ਨਾਲ ਲਾਈਵ ਹੋਵਾਂਗੇ। ਬਹੁਤ ਬਹੁਤ ਸ਼ੁਕਰੀਆ, ਆਪਣਾ ਖਿਆਲ ਰੱਖਿਓ, ਅੱਲਾ ਹਾਫਿਜ਼। ਚੀਮਾ ਸਾਹਿਬ ਕੋਈ ਦਿਖਾਉਣਾ ਕਿ ਬਸ ਇਹ ਕਿਹੜਾ ਜਿਹੜਾ ਲੈ ਕੇ ਆ ਰਹੇ ਹੋ? ਚਿੱਟੇ ਵੀ ਦੇਖੋ ਜੀ ਮਾਸ਼ਾਅੱਲਾ, ਪੰਜ ਸਾਲ ਉੱਡਿਆ ਇੰਜ ਕਰ। ਅੱਛਾ, ਇਹ ਵਾਲਾ ਜਿਹੜਾ ਕੱਟਿਆ ਸੀ, ਜੋੜੇ ਲਾਇਆ ਸੀ ਕਾਬਕ। ਬਹੁਤ ਅੱਛਾ ਵੈਸ਼ੀ ਕਬੂਤਰ ਇਹ ਭਾਵੇਂ, ਮਤਲਬ ਜਦੋਂ ਵੀ ਉੱਡਿਆ ਨਾ ਇਹ ਰਾਤ ਨੂੰ ਬੈਠਾ, ਇਹਦਾ ਮਤਲਬ ਕਿ ਇੱਥੇ ਬੱਚਾ ਬੱਚਾ ਇਹਨੂੰ ਜਾਣਦਾ। ਕੀ ਨਾਂ ਇਹਦਾ? ਇਹਨੂੰ ਅਸੀਂ ਬੱਗਾ ਕਹਿੰਦੇ ਸਾਂ। ਬੱਗਾ? ਹਾਂ, ਇਹਦੇ ਬੁੰਡੇ ਦੋ ਪੱਤਰ ਕਾਲੇ ਸਨ, ਲੰਗੋਟਾਂ ਵਾਲਾ ਇਹਨੂੰ ਸੱਦ ਦਿਆ, ਬੱਗਾ ਲੰਗੋਟਾਂ ਵਾਲਾ ਜੀ। ਓਕੇ ਹੋ ਗਿਆ ਸਰ, ਥੈਂਕ ਯੂ। ਲਓ ਜੀ, ਮੈਨੂੰ ਵੀ ਸ਼ੌਕ ਕਰਨ ਦਿਓ, ਤੁਸੀਂ ਵੀ ਵੀਡੀਓ ਨੂੰ ਸ਼ੇਅਰ ਕਰ ਲਓ। ਬਹੁਤ ਸ਼ੁਕਰੀਆ, ਅੱਲਾ।